ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦਾ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਵੱਲੋਂ ਸੀਨੀਅਰ ਕਾਂਗਰਸੀਆਂ ਨਾਲ ਮੀਟਿੰਗ, ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅਤੇ ਪਾਰਟੀ ਦੇ ਹਾਲਾਤਾਂ ਉੱਤੇ ਕੀਤੀ ਚਰਚਾ। ਨਵਜੋਤ ਸਿੰਘ ਸਿੱਧੂ ਵੱਲੋਂ ਹੁਸ਼ਿਆਰਪੁਰ ਵਿੱਚ ਰੈਲੀ, ਕਈ ਕਾਂਗਰਸੀ ਕਰ ਰਹੇ ਹਨ ਵਿਰੋਧ। ਸੀਐਮ ਭਗਵੰਤ ਮਾਨ ਨੇ ਸਹਿਕਾਰਤਾ ਵਿਭਾਗ ਦੀਆਂ 520 ਨੌਕਰੀਆਂ ਦੇ ਵੰਡੇ ਨਿਯੁਕਤੀ ਪੱਤਰ। ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਬਾਰੇ ਸੁਣਵਾਈ ਟਲੀ, ਹੁਣ 11 ਜਨਵਰੀ ਨੂੰ ਹੋਵੇਗੀ ਸੁਣਵਾਈ। ਪਟਿਆਲਾ ਬੱਸ ਅੱਡੇ ਉੱਤੇ ਫਾਇਰਿੰਗ, ਨੌਜਵਾਨਾਂ ਦੇ ਗੁੱਟ ਨੇ ਇੱਕ ਮੁੰਡੇ ਉੱਤੇ ਕੀਤਾ ਹਮਲਾ। ਜੀਰਾ ਵਿੱਚ ਤਲਵੰਡੀ ਰੋਡ ਉੱਤੇ ਨਸ਼ਾ ਤਸਕਰਾਂ ਦਾ ਐਨਕਾਊਂਟਰ, 2 ਦੀ ਮੌਤ, 1 ਜ਼ਖਮੀ। ਹੁਸ਼ਿਆਰਪੁਰ ਪੁਲਿਸ ਵੱਲੋਂ ਸਰਪੰਚ ਸੰਦੀਪ ਕੁਮਾਰ ਛੀਨਾ ਕਤਲ ਕੇਸ ਦਾ ਮੁੱਖ ਮੁਲਜ਼ਮ ਅਨੂਪ ਕੁਮਾਰ ਵਿੱਕੀ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ। ਟਰੱਕ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਰਹੀ ਬੇਸਿੱਟਾ, ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਵਿੱਚ ਨਿਕਲਿਆ ਨਹੀਂ ਕੋਈ ਹੱਲ। ਨਸ਼ਾ ਤਸਕਰਾਂ ਕੋਲੋਂ ਰਿਸ਼ਵਤ ਲੈਣ ਦਾ ਮਾਮਲਾ, IPS ਇੰਦਰਵੀਰ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, DSP ਬਣੇ ਸਰਕਾਰੀ ਗਵਾਹ। ਫਾਸਟਵੇ ਦੇ MD ਅਤੇ ਡਾਇਰੈਕਟਰ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਦੋਹਾਂ ਖਿਲਾਫ਼ ਦਰਜ FIR ਵਿੱਚ ਕਾਰਵਾਈ ਕੀਤੇ ਜਾਣ ਉੱਤੇ ਲਗਾਈ ਰੋਕ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਦੁਨੀਆਂ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਫੈਕਟ ਨਿਊਜ਼। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਖਬਰਾਂ ਫਟਾਫਟ ਵਿੱਚ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦਾ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਵੱਲੋਂ ਸੀਨੀਅਰ ਕਾਂਗਰਸੀਆਂ ਨਾਲ ਮੀਟਿੰਗ, ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅਤੇ ਪਾਰਟੀ ਦੇ ਹਾਲਾਤਾਂ ਉੱਤੇ ਕੀਤੀ ਚਰਚਾ। ਨਵਜੋਤ ਸਿੰਘ ਸਿੱਧੂ ਵੱਲੋਂ ਹੁਸ਼ਿਆਰਪੁਰ ਵਿੱਚ ਰੈਲੀ, ਕਈ ਕਾਂਗਰਸੀ ਕਰ ਰਹੇ ਹਨ ਵਿਰੋਧ। ਸੀਐਮ ਭਗਵੰਤ ਮਾਨ ਨੇ ਸਹਿਕਾਰਤਾ ਵਿਭਾਗ ਦੀਆਂ 520 ਨੌਕਰੀਆਂ ਦੇ ਵੰਡੇ ਨਿਯੁਕਤੀ ਪੱਤਰ। ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਬਾਰੇ ਸੁਣਵਾਈ ਟਲੀ, ਹੁਣ 11 ਜਨਵਰੀ ਨੂੰ ਹੋਵੇਗੀ ਸੁਣਵਾਈ। ਪਟਿਆਲਾ ਬੱਸ ਅੱਡੇ ਉੱਤੇ ਫਾਇਰਿੰਗ, ਨੌਜਵਾਨਾਂ ਦੇ ਗੁੱਟ ਨੇ ਇੱਕ ਮੁੰਡੇ ਉੱਤੇ ਕੀਤਾ ਹਮਲਾ। ਜੀਰਾ ਵਿੱਚ ਤਲਵੰਡੀ ਰੋਡ ਉੱਤੇ ਨਸ਼ਾ ਤਸਕਰਾਂ ਦਾ ਐਨਕਾਊਂਟਰ, 2 ਦੀ ਮੌਤ, 1 ਜ਼ਖਮੀ। ਹੁਸ਼ਿਆਰਪੁਰ ਪੁਲਿਸ ਵੱਲੋਂ ਸਰਪੰਚ ਸੰਦੀਪ ਕੁਮਾਰ ਛੀਨਾ ਕਤਲ ਕੇਸ ਦਾ ਮੁੱਖ ਮੁਲਜ਼ਮ ਅਨੂਪ ਕੁਮਾਰ ਵਿੱਕੀ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ। ਟਰੱਕ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਰਹੀ ਬੇਸਿੱਟਾ, ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਵਿੱਚ ਨਿਕਲਿਆ ਨਹੀਂ ਕੋਈ ਹੱਲ। ਨਸ਼ਾ ਤਸਕਰਾਂ ਕੋਲੋਂ ਰਿਸ਼ਵਤ ਲੈਣ ਦਾ ਮਾਮਲਾ, IPS ਇੰਦਰਵੀਰ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, DSP ਬਣੇ ਸਰਕਾਰੀ ਗਵਾਹ। ਫਾਸਟਵੇ ਦੇ MD ਅਤੇ ਡਾਇਰੈਕਟਰ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਦੋਹਾਂ ਖਿਲਾਫ਼ ਦਰਜ FIR ਵਿੱਚ ਕਾਰਵਾਈ ਕੀਤੇ ਜਾਣ ਉੱਤੇ ਲਗਾਈ ਰੋਕ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਦੁਨੀਆਂ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਦੇਖਦੇ ਰਹਿਣਾ ਫੈਕਟ ਨਿਊਜ਼।